ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਬਲਾਸਟ ਹੋਇਆ, ਜਿਹਦੇ ਨਾਲ ਤੇ ਘਾਇਲ ਹੋਏ ਨੇ। ਮਾਮਲਾ ਦੇਖ ਸਕਦੇ ਹਾਂ ਕਿ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ, ਜਿੱਥੇ ਕਿ ਉਸਨੂੰ ਜਿਹੜਾ ਦੀਪ ਹੋਸਪਿਟਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਜੇਰੇ ਇਲਾਜ ਭੇਜਿਆ ਗਿਆ ਸੀ, ਲੇਕਿਨ ਉਹਨਾਂ ਦੇ ਵੱਲੋਂ ਵੀ ਜਿਹੜਾ ਅੱਗੇ ਜਿਹੜਾ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ, ਵੱਡੇ ਹੋਸਪਿਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਇਲਾਜ ਜਿਹੜੇ ਜ਼ਿਆਦਾ ਗੰਭੀਰ ਦੱਸੇ ਜਾ ਰਹੇ। ਹੋਰ ਮੌਕੇ 'ਤੇ ਪੁਲਿਸ ਨੇ ਕੀ ਕਿਹਾ, ਇੱਕ ਵਾਰ ਤੁਸੀਂ ਮਿਲੀ ਹੈ ਕਿ ਕੋਈ ਘਰ ਦੇ ਵਿੱਚ ਕੋਈ ਧਮਾਕਾ ਵਗੈਰਾ ਹੋਇਆ, ਜਿਹਦੇ ਕਰਕੇ ਬੱਚਾ ਇੱਕ ਐਡਮਿਟ ਆ, ਉਹਨਾਂ ਦੇ ਘਰ ਦੇ ਵਿੱਚ ਇੱਕ ਮੇਡ ਹੈ, ਉਹ ਬੱਚੇ ਹੈਗੇ। ਸਾਨੂੰ ਇੰਟੀਮੇਸ਼ਨ ਮਿਲੀ, ਅਸੀਂ ਹੋਸਪਿਟਲ ਮੌਕੇ 'ਤੇ ਪਹੁੰਚੇ ਹਾਂ, ਅਸੀਂ ਮੌਕੇ 'ਤੇ ਆਨ ਸਪੋਟ ਜਾ ਰਹੇ ਹਾਂ। ਉਹਦੇ ਬਾਰੇ ਜਿਹੜੇ ਕੁਛ ਵੀ ਕਲੀਅਰ ਪੁਖਤਾ ਨਹੀਂ ਹੋ ਪਾ ਰਿਹਾ, ਕਿਉਂਕਿ ਫੈਮਿਲੀ ਮੈਂਬਰ ਵਾਲੇ ਟਰਾਮਾ ਦੇ ਵਿੱਚ ਸਾਨੂੰ ਕੋਈ ਸਟੇਟਮੈਂਟ ਨਹੀਂ ਦੇ ਪਾ ਰਹੇ ਕੋਈ ਗੱਲ। ਕਿੰਨੇ ਬੱਚੇ ਟੋਟਲ? ਇੱਕ ਬੱਚਾ ਜੀ, ਇੱਕ ਮੇਡ ਹੈ, ਇੱਕ ਦੋ ਬੱਚੇ ਉਹਦੇ ਨੇ। ਟੋਟਲ ਦੋ ਬੱਚੇ ਕਹਿ ਰਹੇ ਆ, ਕਹਿੰਦੇ ਓਨਰ ਦਾ ਬੱਚਾ, ਇੱਕ ਸਰਵੈਂਟ ਦਾ ਬੱਚਾ। ਹਾਂਜੀ, ਇੱਕ ਸਰਵੈਂਟ। ਹਾਂਜੀ, ਇੱਕ ਸਰਵੈਂਟ। ਤੇ ਮੇਰਾ ਲੋਕੇਸ਼ਨ ਕਿੱਥੇ ਹੈ ਕਿ? ਇਹ ਮਾਲਟਨ ਐਕਸਟੈਂਸ਼ਨ ਹੈ ਜੀ। ਮੇਰਾ ਕੋਈ ਬੱਚਾ ਜ਼ਿਆਦਾ ਸੀਰੀਅਸ ਵੀ ਹੈ ਕੋਈ, ਦੇਖ ਤੁਸੀਂ ਗਏ ਮੌਕਾ ਦੇਖ ਕੇ ਅੰਦਰ ਆਇਓ। ਡਾਕਟਰ ਜੀ ਸੇ ਕਹਿਣਾ ਇਹ ਰੈਫਰ ਕਰ ਰਹੇ ਨੇ ਅੱਗੇ ਜੀ, ਉਹ ਬੱਚਾ ਸੀਰੀਅਸ ਕਹਿ ਰਹੇ ਆ। ਹਾਂਜੀ, ਇੱਕ ਬੱਚਾ ਸੀਰੀਅਸ ਕਹਿ ਰਹੇ। ਪਤਾ ਲੱਗਿਆ ਮੈਡਮ ਕਿ ਕਿਸ ਚੀਜ਼ ਦਾ ਬਲਾਸਟ ਹੈ, ਕਿ ਕਿਸ ਚੀਜ਼ ਦਾ ਬਲਾਸਟ? ਹਲੇ ਐਟ ਦਿਸ ਸਟੇਜ ਮੈਂ ਇਸ ਬਾਰੇ ਜੀ ਕੋਈ ਸਟੇਟਮੈਂਟ ਨਹੀਂ ਦੇ ਸਕਦਾ। ਬੰਬ ਸਟੇਟਮੈਂਟ ਕੋਈ ਇਦਾਂ ਨਹੀਂ ਹੈਗੀ ਜੀ, ਬੰਬ ਦੇ ਰਿਗਾਰਡਿੰਗ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ। ਹਾਂਜੀ, ਕੋਈ ਪਟਾਕਾ ਟਾਈਪ ਹੈ, ਉਹ ਉਹਦੀ ਫੈਮਿਲੀ ਮੈਂਬਰਸ ਵੀ ਕਹਿ ਰਹੇ ਕਿ ਪਟਾਕਾ ਟਾਈਪ ਕੋਈ ਹੈਗਾ, ਬਾਕੀ ਜੋ ਚੀਜ਼ ਅਸੀਂ ਮੌਕੇ ਦੇ ਉੱਪਰ ਜਾ ਕੇ ਵੈਰੀਫਾਈ ਕਰ ਰਹੇ ਹਾਂ। ਸੀਸੀਟੀਵੀ ਵਾਲਾ ਕੋਈ ਸਾਹਮਣੇ ਨਹੀਂ, ਡਾਕਟਰ ਸਾਹਿਬ ਵੈਰੀਫਾਈ ਕਰ ਰਹੇ ਹਾਂ ਜੀ। ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ? ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਕਿ ਜੋ ਪੇਸ਼ੈਂਟ ਸੀਰੀਅਸ ਅੱਗੇ ਰੈਫਰ ਕਰ ਰਹੇ ਨੇ। ਸ਼ਾਮ ਨੂੰ ਇੱਕ ਬਲਾਸਟ ਹੋਇਆ ਮਾਡਰਨ ਐਕਸਟੈਂਸ਼ਨ, ਉਹਦੇ 4 ਬੰਦੇ ਸੀਰੀਅਸਲੀ ਬਰਨ ਹੋਏ। ਇੱਕ ਬੱਚਾ ਉਹਨਾਂ 'ਚੋਂ ਭਾਵਿਨ ਕਾਲਰਾ, ਜਿਹੜਾ ਬਹੁਤ ਜ਼ਿਆਦਾ ਬਰਨ ਹੈ, ਉਹਨੂੰ ਕ੍ਰਿਟੀਕਲ ਬਰਨਸ ਕਹਿੰਦੇ ਹਾਂ ਅਸੀਂ, ਬਿਕੋਜ਼ ਉਹਦਾ ਫੇਸ ਨੈਕ ਮੇਜਰਲੀ ਬਰਨ ਹੋਇਆ, ਦੋਨੋਂ ਲਿੰਬਸ ਵੀ ਬਰਨ ਹੈ, ਬਟ ਜਿਹੜਾ ਕ੍ਰਿਟੀਕਲ ਏਰੀਆ ਆਫ ਬਰਨਸ ਹੈ ਉਹ ਹੈਗਾ ਫੇਸ ਅਤੇ ਨੈਕ। ਇਸ ਬਰਨਸ ਦੇ ਵਿੱਚ ਬਹੁਤ ਹਾਈ ਡੈਥ ਰੇਟ ਹੁੰਦਾ ਹੈ, ਉਹਨੂੰ ਪ੍ਰਾਇਮਰੀ ਏਡ ਦਿੱਤੀ ਹੈ, ਉਹਨੂੰ ਐਡਵਾਈਸ ਕੀਤਾ ਟੂ ਸ਼ਿਫਟ ਟੂ ਡੇਲੀ ਅਪੋਲੋ। ਉਹਨਾਂ ਦੀ ਟੀਮ ਨਾਲ ਗੱਲ ਹੋ ਗਈ ਹੈ, ਉਹ ਇਹ ਕਹਿੰਦੇ ਕਿ ਬਾਈ ਰੋਡ ਨਾ ਸ਼ਿਫਟ ਕਰੋ, ਬਿਕੋਜ਼ 8 ਘੰਟੇ ਦੀ ਜਰਨੀ ਹੈ। ਸੋ ਵੀ ਹੁਣ ਅਭੀ ਇਸ ਟਾਈਮ ਸਟੇਬਲ ਹੈ, ਪਰ ਬਰਨਸ ਦੀਆਂ ਪ੍ਰੋਬਲਮ ਸੈਕਿੰਡ ਥਰਡ ਡੇ ਸਟਾਰਟ ਹੁੰਦੀਆਂ। ਹੁਣ ਸਾਰਾ ਫਸਟ ਏਡ ਦੇ ਕੇ ਸਟੇਬਲ ਕਰਕੇ ਕੱਲ੍ਹ ਮੋਰਨਿੰਗ ਏਅਰ ਐਂਬੂਲੈਂਸ 'ਤੇ ਉਹਨੂੰ ਸ਼ਿਫਟ ਕਰਨਾ ਦਿੱਲੀ ਅਪੋਲੋ 'ਚ, ਪਰ ਹਲੇ ਉਹ ਕ੍ਰਿਟੀਕਲ ਹੈਗਾ। ਬਰਨਸ ਦੀ ਜਿਹੜੀ ਕ੍ਰਿਟੀਕਲ ਸਟੇਜ ਹੁੰਦੀ ਆ ਉਹ 24 ਆਵਰਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਐਂਡ ਫੇਸ ਦੇ ਬਰਨਸ ਆਰ ਕਾਲਡ ਕ੍ਰਿਟੀਕਲ ਬਰਨਸ, ਕ੍ਰਿਟੀਕਲ ਏਰੀਆ ਦੇ ਬਰਨਸ ਹੁੰਦੇ ਆ। ਇਹਦੇ 'ਚ ਅਡੀਮਾ ਆ ਜਾਂਦਾ, ਬੱਚੇ ਦਾ ਸਾਹ ਰੁਕ ਸਕਦਾ। ਹਲੇ ਪੇਸ਼ੈਂਟਸ, ਦੋ ਪੇਸ਼ੈਂਟ ਨਾਲ ਜੋ ਕਾਫੀ ਸਿੱਕ ਹੈ, ਦੋ ਜਿਹੜੇ ਉਹ ਤਾਂ ਠੀਕ ਹੋ ਜਾਣਗੇ, ਉਹਨਾਂ ਦੇ 25% ਬਰਨਸ ਹੈ। ਸਰ ਇਹ ਪੁਲਿਸ ਦਾ ਕੰਮ ਹੈ ਕਿਸ ਕਰਕੇ ਬਰਨਸ ਹੋਇਆ, ਸਾਡਾ ਕੰਮ ਹੈ ਮਰੀਜ਼ ਸੰਭਾਲਣਾ। ਵੀ ਆਰ ਨੋਟ ਬਲਾਸਟਿਕ ਐਕਸਪਰਟ, ਵੀ ਕੈਨ ਟੈਲ ਕਿ ਕਾਹਦੇ ਨਾਲ ਬਲਾਸਟ ਹੋਇਆ, ਨਾ ਅਸੀਂ ਸਾਈਡ 'ਤੇ ਸਾਡਾ ਕੰਮ। ਮੈਂ ਤਾਂ ਸ਼ਾਮ ਦੇ ਪੇਸ਼ੈਂਟ ਹੀ ਨਹੀਂ ਦੇਖ ਪਾ ਰਿਹਾ ਸੀ, ਅਸੀਂ ਉਸ 2 ਘੰਟੇ ਉਸ ਪੇਸ਼ੈਂਟ ਨੇ ਲੱਗੇ ਨਾ। ਇਟਸ ਨੋਟ ਮਾਈ ਜੋਬ ਕਿ ਪਟਾਕਾ ਚੱਲਿਆ ਕਿ ਬੰਬ ਚੱਲਿਆ ਕਿ ਕੀ ਚੱਲਿਆ। ਇੱਕ ਤਾਂ 4 ਸਾਲ ਦਾ ਹੈ, ਇੱਕ 6-7 ਸਾਲ ਦਾ, ਇੱਕ ਲੇਡੀ ਹੈ, 3 ਬੱਚੇ ਹੈ, ਇੱਕ ਲੇਡੀ ਹੈ, ਉਹ ਪ੍ਰੋਬਲਮ ਦੀ ਸਰਵੈਂਟ ਹੈ ਉਹ।